सब तो कैंट डेकोरेशन आ रही है मिरर वाली, तो फ्रेम च मिरर लगा आ। ये है इन्हां दा मेन्यू, मेन्यू हैगा दी अपोजिट हाउस। ਹੁਸ਼ਿਆਰਪੁਰ 'ਚ ਰਿਕਾਰਡ ਵੀ ਤੋੜੇ ਵੱਡਾ ਜਿਸ ਨਾਲ ਵੀ ਮਤਲਬ ਕਿ ਇੰਨੇ ਛੋਟੇ ਜਿਹੇ ਹਨਾ, ਮਤਲਬ ਕਿ ਥਾਂ 'ਚ ਇੰਨਾ ਵਧੀਆ ਡੈਕੋਰੇਸ਼ਨ ਹਨਾ, ਮੈਂ ਕਹਿੰਦਾ ਨਿਆਰੇ ਲੋਕ ਧਿਆਨ ਦੇ ਸਾਰੇ ਆਏ ਅੱਜੇ ਭਰ ਕੇ ਆਏ ਭੈਣ ਮੇਰੀ ਨਿਆਰੇ। Charlie, she a dime. Demon girl, evil eyes, she be telling lies. आई होप कि सारे बहुत बढ़िया होंगे। तो गाइस आज ਅਸੀਂ ਪਹੁੰਚੇ ਹਾਂ ਦੀ ਅਪਸਟੇਟ ਹਾਊਸ ਜਿਵੇਂ ਕਿ ਹੁਸ਼ਿਆਰਪੁਰ ਦੇ ਵਿੱਚ ਆ। ਤੁਹਾਨੂੰ ਇਹ ਲੋਕੇਸ਼ਨ ਦੱਸਦੀ ਸਭ ਤੋਂ ਪਹਿਲਾਂ ਆਪਣੇ ਆਈਫੋਨ ਦਾ ਜਿਹੜਾ ਸਟੋਰ ਆ ਉਹਦੇ ਉੱਪਰ ਆ ਤੇ ਪੋਰਸ਼ਨ ਦੋ ਮਤਲਬ ਕਿ ਪੋਰਸ਼ਨਾਂ ਨੇ ਤਿਆਰ ਕੀਤਾ ਗਿਆ ਇਹਨੂੰ। ਤੋਂ ਜਿਵੇਂ ਕਿ ਦਾ ਅਪਸਟੇਟ ਹਾਊਸ ਬਣੇ ਨੂੰ ਥੋੜੇ ਹੀ ਟਾਈਮ ਹੋਇਆ ਹੈ, ਮੇਰੇ ਹਿਸਾਬ ਨਾਲ ਆਈ ਥਿੰਕ 1 ਮੰਥ ਹੋਇਆ ਹੈ। ਸੋ ਬਲੌਗ ਹਲ ਤੱਕ ਕੋਈ ਨਹੀਂ ਆਇਆ, ਮੈਂ ਸੋਚਿਆ ਕਿ ਉਹਨਾਂ ਇੱਕ ਬਲੌਗ ਬਣਾਈਏ ਕਿਉਂਕਿ ਮੈਂ ਵੀਡੀਓਸ ਕਰਾਂ ਤੇ ਬਹੁਤ ਚੈੱਕ ਕਰਦੀ ਹਾਂ ਇਹਨਾਂ ਦੇ ਪੇਜ ਤੇ, ਮਤਲਬ ਕਿ ਬਹੁਤ ਸੋਹਣੀ ਡੈਕੋਰੇਸ਼ਨ ਆ। ਸੋ ਮੈਂ ਫਸਟ ਟਾਈਮ ਵਿਜ਼ਿਟ ਕਰ ਰਿਹਾ ਹਾਂ, ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ ਇੱਥੇ ਡੈਕੋਰੇਸ਼ਨ ਤੇ ਬਾਕੀ ਫੂਡ ਦੇ ਅਕੋਰਡਿੰਗ ਤੇ ਗੱਲ ਕਰੀਏ ਕੀ ਕੁਝ ਅਵੇਲੇਬਲ ਹੈਗਾ ਨਾ, ਤੇ ਬਾਕੀ ਡੈਕੋਰੇਸ਼ਨ ਦੇ ਅਕੋਰਡਿੰਗ ਗੱਲ ਕਰਾਂ ਕਿ ਕਿੰਨੀ ਡੈਕੋਰੇਸ਼ਨ ਦੀ ਵੀਡੀਓ ਕੀ ਦੇਖਣ ਨੂੰ। ਸੋ ਇਹਦੇ ਛੋਟੇ ਜਿਹੇ ਮਤਲਬ ਕਿ ਰੈਸਟੋਰੈਂਟ ਅੰਦਰ ਅਜੇ ਲਾਸਟ ਵੀਡੀਓ ਦੇਖੇ ਬਲੌਗ ਨੂੰ ਤੁਹਾਨੂੰ ਵਧੀਆ ਲੱਗੂਗਾ, ਆਈ ਹੋਪ माहौल चेक करो। ये है इन्हां दा मेन्यू, मेन्यू हैगा दी अपोजिट हाउस। तो दी प्राइस चेक कर लो, ब्रेकफास्ट ये सारे ठीक है जी, बाकी सूप जिन्ने भी हैगे तुसीं देख लो। इहदे विच मैं कल्ला कल्ला बोलना, आपे दा ब्लॉग फिर बहुत लंबा हो जाणा है ना। आ साइड डिश सैंडविच तो बाकी बर्गर चाइनीज फूड जो भी है मंचूरियन वगैरह चीज चिल्ली आ देखो पिज़्ज़ा चेक कर लो जी। हाँ देखो राइस न्यूडल वेज तंदूरी नॉन वेज तंदूरी सू चिकन वगैरह सब कुछ मिलना है। इंडियन वेज मेन कोर्स मैं कहना मेन्यू बहुत बड़ा है। लो जी आ जाना मेन्यू खत्म होता, तो अभी करते कुछ ऑर्डर जब उन्होंने खा के खाते टेस्ट की हो जाए। तो लो जी अभी दो बर्गर ऑर्डर किए हैं, बर्गर नाम है ग्रिल्ड चिकन बर्गर है। तो मैं क्या ये ट्राई करके देखा, मैंने पहला सोचा था कि डबल पैटी बर्गर करा, बट मैं क्या चिकन खा के देते हैं बर्गर, इस करके अपना चिकन वाले बर्गर कराए दो एक कैन क्रैक खोखना। तो बाकी जो सूँ भुख मिटकी फिटकी नहीं मिटी कॉफी मिलने कॉफी मिली कूपन जा रही बस करते हैं करते ऑर्डर, बाकी दस पंद्रह मिनट जा रहे हैं तो बाकी इसे खा दे सकता है। चल तो गल दस दी सारे उन्होंने सन ना ऑर्डर किए पूरे 20 मिनट हो गए साढ़े हाल तक ऑर्डर नहीं आया। तो मैं जो उन्होंने पूछा मैं क्या सा अपना ऑर्डर नहीं आया, तो वह कहते ग्रिल तो चिकन बर्गर आ लेट आना दस यार इन्ना भी। चलो बाकी कोई गल नहीं करो थोड़ी लेट है इन्हें, बट बाकी फूड चेक कर दे हो जाए जे अगर वजिया होगा फिर तो चाहिए भी रहना लेट सर्विस नहीं, बाकी सर्विस थोड़ी लेट आ बाकी कोई चक्कर नहीं, बाकी डेकोरेशन बहुत गया तो हल माड़ी जी मैगना इधर भी गल करो। ਹੁਸ਼ਿਆਰਪੁਰ ਤੇ ਰਿਕਾਰਡ ਵੀ ਤੋੜੇ ਵੱਡਾ ਜਿਸ ਨਾਲ ਵੀ ਮਤਲਬ ਕਿ ਇੰਨੇ ਛੋਟੇ ਜਿਹੇ ਹਨਾ, ਮਤਲਬ ਕਿ ਥਾਂ 'ਚ ਇੰਨਾ ਵਧੀਆ ਡੈਕੋਰੇਸ਼ਨ ਹਨਾ, ਮੈਂ ਕਹਿੰਦਾ ਨਿਆਰੇ ਲੋਕ ਧਿਆਨ ਦੇ ਸਾਰੇ ਆਏ ਅੱਜੇ ਭਰ ਕੇ ਆਏ ਭੈਣ ਮੇਰੀ ਨਿਆਰੇ। ਲੋਜੀ ਪੂਰਾ ਅੱਧਾ ਘੰਟਾ ਹੋ ਗਿਆ ਸਾਨੂੰ ਬਰਗਰ ਦਾ ਤੇ ਨਹੀਂ ਆਏ ਨਾ ਬਰਗਰ ਨਹੀਂ ਆਏ ਜਿੰਦ ਟਾਈਮ ਲੱਗਣਾ ਹੋ ਰਿਹਾ ਤੁਹਾਨੂੰ ਜਿੰਨੇ ਜਿੰਨੇ ਦੇ ਖਾਣ ਨੂੰ ਜਿੰਨੇ ਖਾਣੇ ਉਹਨਾਂ ਟਾਈਮ ਦਾ ਇਹ ਓਨਲੀ ਫ੍ਰੀ ਆਫ ਕੋਸਟ ਦਾ ਠੀਕ ਆ ਇਹਦਾ ਕੋਈ ਟਾਈਮ ਨਹੀਂ ਆਪਾਂ ਉਹ ਛੱਡਣ ਲੱਗੇ ਆ ਬਰਗਰ ਦਾ ਟਾਈਮ ਬੋਲਾ ਗਿਆ ਪਰ ਸਰ ਕਿਚਨ ਬਿਜ਼ੀ ਚੱਲਦੀ ਪਈ ਨਾ ਕੋਈ ਗੱਲ ਨਹੀਂ ਕੋਈ ਚੱਕਰ ਓਕੇ। ਸੋ ਲਓ ਜੀ ਆਪਣਾ ਬਰਗਰ ਆ ਗਿਆ ਆ ਜਿਹਦਾ ਨਾਮ ਹੈਗਾ ਆ ਕੀ ਨਾਮ ਹੈ ਮੈਂ ਨਾਮ ਭੁੱਲ ਗਿਆ ਇਹਦਾ ਹੁਣ ਇਹਦਾ ਨਾਮ ਹੈ
ਮੇਰਾ ਨਾਮ ਹੈ ਗ੍ਰਿਲਡ ਚਿਕਨ ਬਰਗਰ ਦੇਖ ਲਓ ਆਹ ਬਰਗਰ ਬਣਨ ਨੂੰ ਇਹਨਾਂ ਨੇ ਪੂਰਾ ਅੱਧਾ ਘੰਟਾ ਲਾ ਦਿੱਤਾ ਚੀਜ਼ ਚਿੱਲੀ ਇੱਕ ਚਿੱਲੀ ਗਾਲੀ ਨੂਡਲ ਸਭ ਤੋਂ ਘੈਂਟ ਡੈਕੋਰੇਸ਼ਨ ਆ ਰਹੀ ਹੈ ਮਿਰਰ ਵਾਲੀ ਤੋ ਫਰੇਮ 'ਚ ਮਿਰਰ ਲੱਗਾ ਆ ਚੈੱਕ ਕਰੋ ਤੁਸੀਂ ਰਿਪੋਰਟ बदले जो देखे महोल फक मो हाँ यार मेरा तो पेड़ा ही गया गोली कर देंगे ਉੱਪਰ ਪਹੁੰਚ ਗਏ ਆ ਤੋ ਜਿੰਨੇ ਵੀ ਮੇਰੇ ਭਰਾ ਡਰਿੰਕ ਵਗੈਰਾ ਕਰਦੇ ਆ ਤਾਂ ਸਾਰਿਆਂ ਦੇ ਉੱਪਰ ਹੈਗੀ ਆ ਡਰਿੰਕ ਮਤਲਬ ਜਿੰਨੇ ਪੋਸਟਮੈਨ ਵਾਲਾ ਉੱਪਰ ਸਾਰੇ ਮਤਲਬ ਹੁਣ ਡਰਿੰਕ ਕਰਨ ਨੂੰ ਜਾਣਾ ਤੁਹਾਨੂੰ ਹਰੇਕ ਬ੍ਰਾਂਡ ਅਵੇਲੇਬਲ ਹੋਊਗਾ ਮੈਂ ਕਹਿੰਦਾ ਇਕੱਲਾ ਹੀ ਹਟਣਾ ਸਭ ਕੁਛ ਮੈਨਿਊ ਪੜ੍ਹ ਕੇ ਹਟਿਆ ਆ ਅਤੇ ਬਾਕੀ ਤੁਹਾਡੇ ਬਰਗਰ ਖਾ ਕੇ ਆਏ ਹਾਂ ਅਤੇ ਬਰਗਰ ਤੋਂ ਬਾਅਦ ਸੀਗਾ ਟੇਸਟੀ ਸੀਗਾ ਅਤੇ ਖਾ ਲਈ ਕਮਾਏ ਆ ਉੱਪਰ ਦੇਖਦੇ ਕੁਛ ਖਾਈਏ ਪੀਏ ਕਿ ਨਹੀਂ ਅਤੇ ਬਾਕੀ ਇਹਨਾਂ ਦੀ ਆਹੀ ਡੈਕੋਰੇਸ਼ਨ ਆ ਚੱਲੂ ਬਹਿ ਕੇ ਦੇਖੀ ਕਰੀ ਉੱਪਰ ਤੇ ਬਹਿ ਜਾ ਕੋਈ ਗੱਲ ਨੀ ਆਪਣਾ ਤਾਂ ਕੁਆਂਟਲ ਆ ਜੀ ਲਓ ਜੀ ਕੁਆਂਟਲ ਦਾ ਭਾਰ ਪੈ ਗਿਆ ਉਹ ਸਪਰਿੰਗ ਖੁੱਲ੍ਹ ਕੇ ਦੇ ਲਾ ਪਰ ਬਹਿ ਪੂਰੇ ਚੰਗੀ ਤਰ੍ਹਾਂ ਪਿਆ ਬਹਿ ਜਾ ਚੰਗੀ ਤਰ੍ਹਾਂ ਲਓ ਜੀ ਆਹ ਵੀ ਸੋਹਣੀ ਡੈਕੋਰੇਸ਼ਨ ਆ ਹੁਸ਼ਿਆਰਪੁਰ ਦੀ ਸੋ ਇੱਧਰ ਹੈਗਾ ਆ ਇਹ ਗੌਰਮੈਂਟ ਦੇ ਕੋਲੇਜ ਚੌਂਕ ਹੈਗਾ ਅਤੇ ਬਾਕੀ ਵੀਡੀਓ ਬਣਾਉਣੀ ਆ ਹੈ